थोड़ा है
साजन तपी सादे
आँख तपी सहद तपी सहद लाख जोगी सर करते जोगा Yeah.
सजन पर तोरा सजन पर्दा तोरा पर्दा तोरा फिरते संतन पाया पराउपत
भई परापत बानुख देवरिया गोविंद मिलन की एह तेरी बरिया लाख उलाहना मै जिस काज लई जिस आहर लई जिस मकसद लई कोई चीज होंद विच आवे बने जे उस वस्तु विचों वो मसला हल ना होवे वो मकसद पूरा ना होवे ते बनान वाले नू भी उलामा देवने जाके तू की बनाया है गुरु ने ख्याल दिता कहते ने मैनू भी उलामा है क्योंकि जीवन का कोई मकसद सी मिलिया सी फ्री फ्री मिलिया सी इनकी कीमत तो मालिक ने मंगी कोई नहीं हां मकसद जरूर दिता है तू इनू फ्री वरत लै पर आ काम करी जी की करा भई प्राप्त मानुक देहुरिया गोविंद मिलन की एह तेरी बरिया ए मकसद है ते जे पूरा नहीं होया तो उलंबा है लाख एक नहीं दो नहीं लखां उलांबे ने जीवन लाख उलाहनो मोहे हर जब लगने मिले राम जिस मकसद ली मिली सी जून वो पूरा नहीं होया मैनू उलांबे एक नहीं दो नहीं लखां नहीं ते जिन्नी देर वो मकसद नहीं पूरा हुंदा उन्नी देर उलामने कंटिन्यू लगातार चल रहा लाख उलाहने मोहे हर जब लगने मिले राम जदों तक पर अगली लाइन अंदर एक बड़ा खूबसूरत ख्याल दत्ता ने वो ख्याल है कि मैनू मन विच एक तांग बन गई है भी जे उलामे इस चीज दे ने जीवन नू उलामे ही इस चीज दे ने एक नहीं दो नहीं गुरु ने बाणी विच आख्या सौ उलामे दिने के राती मिलन सांस सौ दिन दे उलामे हजारां रात दे उलंबे सौ उलंबे दिने के राती मिलन सांस सिफत सलाहन छाड़ के करंगी लगा हंस कोई कां करंग ते बैठा होए ते लोग आखणगे कोई हर्द नहीं कांग दा काम है पर कोई हंस करंग ते बैठा हो गुरु ने आख्या कहन लगे सौ उलंबे दिने के राती मिलन सांस क्यों क्योंकि सिफत सलाहन छड़ के करंगी लगा हंस मकसद तो उनका यह है नहीं जीवन बेमतलब बेमकसद गवाई जांदा कहन लगे ये गल ये उलांबा सुन के मैं चेतनता आई लो जिथे
ਸ਼ਬਦ ਮੋੜ। ਇਹ ਗੱਲ ਸੁਣ ਕੇ ਮੈਨੂੰ ਚੇਤਨਤਾ ਆਈ ਵੀ ਮੈਂ ਵੀ ਕੋਈ ਉਪਾਅ ਕਰਾਂ, ਕਿਤੇ ਉਲਾਂਭਾ ਹੀ ਨਾ ਰਹਿ ਜਾਏ। ਉਲਾਂਭਿਆਂ ਤੋਂ ਦੁਨੀਆਂ ਦਾ ਹਰ ਮਨੁੱਖ ਬਚਦਾ ਹੈ। ਤੇ ਮੈਂ ਆਖਿਆ ਜੇ ਜੀਵਨ ਮਿਲਣ ਲਈ ਮਿਲਿਆ ਤੇ ਉਹਨੂੰ ਨਾ ਮਿਲ ਸਕਣਾ ਹੀ ਉਲਾਂਭਾ ਹੈ। ਲੱਖ ਉਲਾਂਭ ਨੂੰ ਮੋਹੇ ਹਰ ਜਬ ਲਗਨੇ ਮਿਲੇ ਰਾਮ। ਤੇ ਮੈਂ ਵੀ ਮਿਲਣ ਕੋ ਕਰੋ ਉਪਾਅ, ਕੋਈ ਉਪਾਅ ਕੋਈ ਤਰਕੀਬ, ਉਪਾਅ ਤੋਂ ਭਾਵ ਕੋਈ ਤਰਕੀਬ। ਐਸੀ ਸੋਚਾਂ ਜਿਹਦੇ ਨਾਲ ਮਿਲ ਪਵਾਂ, ਉਲਾਂਭਾ ਖਤਮ ਹੋਵੇ, ਰੱਬ ਮਿਲ ਜਾਏ। ਮਿਲਨ ਕੋ ਕਰੋ ਉਪਾਅ, ਕਛੂ ਹਮਾਰਾ ਨੇ ਚੱਲੇ ਰਾਮ, ਬੇਵੱਸ ਹੋ ਗਿਆ। ਇੱਕ ਨਹੀਂ ਕਈ ਉਪਾਅ ਕੀਤੇ ਨੇ ਮਿਲਣ ਵਾਸਤੇ, ਪਰ ਮਿਲਿਆ ਨਹੀਂ। ਉਹ ਉਲਾਂਭਾ ਜਿਉਂ ਦਾ ਤਿਉਂ ਖੜਾ ਹੈ, ਦਿਨ ਰਾਤ ਮਿਲ ਰਿਹਾ ਹੈ। ਮਿਲਨ ਕੋ ਕਰੋ ਉਪਾਅ, ਹੁਣ ਜ਼ਰਾ ਸ਼ਬਦ ਦੇ ਘੇਰੇ ਵੱਲ ਆਈਏ। ਕੀ ਸੰਸਾਰ ਦੇ ਮਨੁੱਖ ਉਪਾਅ ਨਹੀਂ ਕਰਦੇ? ਆ ਧਰਮ ਖੇਤਰ ਜਿੰਨਾ ਇਹ ਸਾਰਾ ਉਹਨੂੰ ਮਿਲਣ ਦਾ ਉਪਾਅ ਹੀ ਹੈ, ਭਾਵੇਂ ਆਪਣੀ ਲੋੜ ਲਈ। ਕਈ ਵਾਰੀ ਮਨੁੱਖ ਕਿਸੇ ਨੂੰ ਮਿਲਣ ਦਾ ਖਾਸ਼ਮੰਦ ਨਹੀਂ ਹੁੰਦਾ, ਪਰ ਉਹਦੀਆਂ ਲੋੜਾਂ ਉਹਨੂੰ ਮਜਬੂਰ ਕਰਦੀਆਂ ਨੇ ਤੇ ਉਹ ਉਹਨੂੰ ਮਿਲਣ ਦੇ ਚਾਅ ਨਾਲ ਨਹੀਂ ਜਾਂਦਾ, ਆਪਣੀ ਲੋੜ ਕੋਈ ਸਾਂਝੀ ਕਰ ਕੁਛ ਮੰਗਣ ਲਈ ਜਾਂਦਾ। ਉਹਦੀ ਜ਼ਰੂਰਤ ਉਹਦੇ ਨਾਲ ਜੁੜੀ ਹੋਈ। ਇਹੋ ਹੀ ਲੈ ਲਓ ਵੀ ਸਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਉਹਦੇ ਨਾਲ ਜੁੜੀਆਂ ਹੋਈਆਂ। ਜੇ ਰੱਬ ਨੂੰ ਕੋਈ ਨਾ ਪੂਜੇ, ਜੇ ਮਨੁੱਖ ਦੀਆਂ ਜ਼ਰੂਰਤਾਂ ਉਹਦੇ ਨਾਲ ਨਾ ਜੁੜੀਆਂ ਹੋਣ। ਮਨੁੱਖ ਨੂੰ ਇੱਕ ਆਵਾਜ਼ ਤੇ ਕੰਨੀ ਪਈ, ਉਹਦੇ ਤੈਨੂੰ ਵਿਸ਼ਵਾਸ ਵੀ ਆ ਗਿਆ ਕਿ ਇੱਥੋਂ ਕੁਝ ਮੰਗਣਾ ਹੈ। ਇਸੇ ਲਈ ਤਾਂ ਅਰਦਾਸ ਹੁੰਦੀਆਂ ਨੇ, ਇਸੇ ਲਈ ਪ੍ਰਸ਼ਾਦ ਚੜਾਏ ਜਾਂਦੇ ਨੇ, ਇਸੇ ਲਈ ਰੁਮਾਲੇ ਚੜਾਏ ਜਾਂਦੇ ਨੇ, ਇਸੇ ਲਈ ਨਮਸਕਾਰਾਂ ਹੁੰਦੀਆਂ ਨੇ। ਕੁਛ ਮੰਗਣਾ ਹੈ ਮਨੁੱਖ ਆਪਣੀ ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਹਰ ਗੱਲ ਦਾ ਜਵਾਬ ਬਾਣੀ ਵਿੱਚ ਹੈ। ਗੁਰੂ ਕਹਿੰਦੇ ਨੇ ਆਪਣੇ ਲੋਭ ਕੋ ਕੀਨੋ ਮੀਤ, ਆਪਣੀ ਲੋੜ ਲਈ, ਆਪਣੇ ਲੋਭ ਲਈ, ਆਪਣੀ ਜ਼ਰੂਰਤ ਲਈ ਉਹਨੂੰ ਮਿੱਤਰ ਬਣਾਇਆ। ਨਹੀਂ ਤੇ ਉਹ ਮੇਰਾ ਕੀ ਲੱਗਦਾ, ਮੈਂ ਉਹਨੂੰ ਜਾਣਦਾ ਹੀ ਨਹੀਂ। ਰੱਬ ਨੂੰ ਕੌਣ ਜਾਣਦਾ ਹੈ? ਗੁਰੂ ਕਹਿੰਦੇ ਨੇ ਆਪਣੇ ਲੋਭ ਕੋ ਕੀਨੋ ਮੀਤ, ਪਰ ਉਹ ਕਿੱਡਾ ਵਿਸ਼ਾਲ ਦਿਲ ਹੈ, ਉਹ ਕਹਿੰਦਾ ਚਲੋ ਆਪਣੇ ਲੋਭ ਲਈ ਸੀ, ਆਇਆ ਤੇ ਹੈ ਨਾ, ਉਹ ਮੈਨੂੰ ਮਿਲਣ ਦੀ ਬਜਾਏ ਉਹ ਸੋਚਦਾ ਇਹਦਾ ਲੋਭ ਹੀ ਪੂਰਾ ਕਰਦੇ ਆ। ਇਹ ਆਇਆ ਲੋਭ ਲਈ, ਇਹ ਮੈਨੂੰ ਮਿਲਣ ਦਾ ਤੈਨੂੰ ਚਾਹ ਕੋਈ ਨਹੀਂ। ਉਹ ਇਸੇ ਲਈ ਸਭ ਨੂੰ ਦੁਨੀਆਂ ਨੂੰ ਦੇ ਹੀ ਜਾਂਦਾ, ਉਹ ਕਹਿੰਦਾ ਚਲੋ ਇਹ ਆਪਣੀਆਂ ਲੋੜਾਂ ਪੂਰੀਆਂ ਕਰਨ, ਮੈਨੂੰ ਮਿਲਣ ਨਾ ਮਿਲਣ। ਆਪਣੇ ਲੋਭ ਕੋ ਕਿੰਨੋ ਮੀਤ, ਸਗਲ ਪਦਾਰਥ ਮੁਕਤ ਪਦ ਦੀ ਸਾਰਿਆਂ ਨੂੰ ਦੇਈ ਜਾਂਦਾ। ਪਰ ਗੁਰੂ ਕਹਿੰਦੇ ਨੇ ਭਲਿਆ ਤੈਨੂੰ ਅਜੇ ਵੀ ਸੰਗ ਨਹੀਂ ਆਉਂਦੀ ਵੀ ਜਿਹੜਾ ਜਿਹਨੂੰ ਤੂੰ ਮਿਲਣਾ ਨਹੀਂ ਚਾਹੁੰਦਾ, ਕੇਵਲ ਵਸਤੂਆਂ ਚਾਹਨਾ ਹੈ, ਉਹ ਤੈਨੂੰ ਵਸਤੂਆਂ ਦੇਈ ਜਾਂਦਾ, ਨਾਰਾਜ਼ ਵੀ ਨਹੀਂ ਹੁੰਦਾ। ਤੂੰ ਇਹ ਉਹਨੂੰ ਮਿੱਤਰ ਹੀ ਬਣਾ ਲੈ, ਐਸਾ ਮੀਤ ਕਰੋ ਸਭ ਕੋ। ਮਿੱਤਰਤਾ ਨਹੀਂ ਪਾਲਾ, ਤੈਨੂੰ ਚਾਹ ਪੈਦਾ ਹੋਵੇ ਉਹਨੂੰ ਮਿਲਣ ਦਾ, ਐਸਾ ਮੀਤ ਕਰੋ ਸਭ ਕੋਏ, ਜਾਤੇ ਬਿਰਥਾ ਕੋਈ ਨਾ ਹੋਏ, ਤਾਂ ਕਿ ਤੈਨੂੰ ਕੋਈ ਲੋੜ, ਕੋਈ ਦੁੱਖ, ਕੋਈ ਪਰੇਸ਼ਾਨੀ ਆਵੇ ਹੀ ਨਾ। ਰੁਕਣਾ, ਉਹ ਕਹਿੰਦਾ ਮੈਨੂੰ ਵੀ ਚੇਤਨਤਾ ਆਈ ਹੈ,
मैं भी सोची पै गया जे उन्हू ना मिलना ही जीवन लई उलंभे ने मिल ना सकना ते मैं भी कोई उपाव करा पर करा की दुनिया दे लोग ऐने उपाव कर रहे ने मैं एक बार की ऐने गुरुद्वारे ऐने मस्जिद मंदिर शिव द्वारे ठाकर द्वारे उन्हें बच खड़क दियां टलियां जिन्ना पैसा धर्म दे नाम ते खर्च हो रहा किसी होर सब्जेक्ट नहीं कभी समुचे रूप विच तुसी चात मारो ते पता लगेगा कि धर्म दे नाम ते किन्ना पैसा खर्च हो रहा है। अज सवेरे बैठे बजुर्ग गल कह रहे सन कि मंदिरां ते सोना चढ़ाना कोई जरूरी है रब प्रसन्न हुंदा है। अज सवेरे चढ़ रहे गुमजा ते सोना चढ़ रहा है पालकियां सोने दी बन रही है चौर सोने दे चुलाए जा रहे हैं किस लई खरे रब प्रसन्न होएगा खरे गुरु प्रसन्न होएगा आखिर तो दौलत है ना मनुख दे होर किसे काम भी आ सकती है। ओ लोग भी ने जिन्हां दे बच्चियां नूं रुखी रोटी नहीं नसीब हुंदी जिन्हां दे तन ते कपड़ा नहीं नसीब हुंदा किते सोने दे कलश चढ़ाए जा रहे ने क्यों क्योंकि उह धर्म है। अर्ज कर रहा सां धर्म दे नाम ते जिन्ना कुछ खर्च हो रहा है जिन्ना कुछ धर्म दे नाम ते मनुख कुर्बानी दे रहा है वो ताई दे रहा है ना क्योंकि मनुख समझदा है रब प्रसन्न होगा। पर मैं पूछना गुरु साहब दी आ लाइन जी समझ लगी कहते मिलन को करो उपाव मैनू भी चेतनता आई मैं रब मिले जे ओनू ना मिलना ही जीवन लई उलंभ है रब नू मिला मैं भी मिला कोई उपाव करा पर सोची पै गया को मैं कल्या उपाव करा इन्नी दुनिया कर रही है खर्च भी कर रही है समा भी सरमाया भी जदों अज किसी को एक मिनट अपने डाइनिंग टेबल ते बैठ के परिवार विच दो ग्राहियां दो बुरकियां रोटियां खान रोटी खान का तो समा नहीं गुरुद्वारे जाके दो घंटे किवें बहिंदा गुरुद्वारे जाके बहिंदा है तो इनका मतलब वो ये समझदा है भी इन रब प्रसन्न हुंदा है इनका मतलब उपाव तो चल रहे हैं ना ये तो उपाव है। सतगुरु ने एक लफज दे दुआले बड़ा खूबसूरत विचार बख्शिश किया कहते रब नू मिलन दा उपाव करा है ते मैं सोचना मैं इकला क्यों इनी दुनिया उपाव कर रही है कि उन्हां दा उलंभा दूर हो गया उन्हां कोल पुछो तुहानू रब मिल गया कहता मिलन को करो उपाव कछू हमारा न चले राम मैं भी मिलन का उपाव करा पर कोई उपाव चल ही नहीं रहा सफल ही नहीं हो रहा जे मेरा मैं अपनी गल करा तो कित रही दुनिया इन्ने उपाव कर रही है उन्होंने भी सफल नहीं हो रहा अखीर वह इन्ने क सीमित हो जाती है भी चलो इस उपाव के बदले में रब मिलता नहीं मिलता अरदास करो पुत्र मिल जाए अरदास करो लॉटरी निकल आए कोई चीज तो मिले उलंभा कछु हमारा ने चले जाओ क्या रब किवें मिले मसला तो इत्थे है क्योंकि उलाहना तो जीवन लई ए है ना लाख उलाहनो मोहे हर जब लग न मिले राम उलंभा तो इस गल दा वी तैनू जीवन मिलिया सी भई प्राप्त मनुख देरी है गोबिंद मिलन की है तेरी जीवन तो मिलिया सी मिलन वास्ते
ਜਿੰਨੀ ਦੇਰ ਉਹ ਨਹੀਂ ਮਿਲਦਾ ਉਨੀ ਦੇਰ ਜੀਵਨ ਦਾ ਮਕਸਦ ਨਹੀਂ ਹੱਲ ਹੁੰਦਾ, ਉਹਨੂੰ ਉਲੰਬ ਹੈ। ਹੁਣ ਸਵਾਲ ਖੜਾ ਹੋ ਗਿਆ ਵੀ ਉਹ ਉਪਾਵ ਨਿਰਾ ਮੈਂ ਨਹੀਂ ਕਰਦਾ, ਦੁਨੀਆ ਦੇ ਹੋਰ ਲੋਕ ਵੀ ਕਰਦੇ ਨੇ, ਮੈਂ ਉਹਨਾਂ ਦੇ ਨਾਲ ਮਿਲ ਕੇ ਵੀ ਕਈ ਵਾਰੀ ਤੁਰਿਆ ਵੀ ਭਲਾ ਮੈਨੂੰ ਉਪਾਵ ਕਰਨਾ ਨਹੀਂ ਆਉਂਦਾ, ਇਹ ਜਿਹੜੇ ਕਰ ਰਹੇ ਨੇ ਇਹਨਾਂ ਨੂੰ ਪਤਾ ਹੋਏਗਾ ਮੈਂ ਵੀ ਨਾਲ ਤੁਰ ਪਵਾਂ। ਆ ਡੇਰੇ ਜਿੰਨੇ ਚੱਲਦੇ ਨੇ ਇਸੇ ਆਸ ਨਾਲ ਚੱਲਦੇ ਨੇ, ਜਿੰਨੀਆਂ ਸੰਪਰਦਾਵਾਂ ਚੱਲਦੀਆਂ ਨੇ ਇਸੇ ਆਸ ਨਾਲ ਚੱਲਦੀਆਂ ਨੇ। ਲੋਕ ਭੋਲੇ ਭਾਲੇ ਸਮਝਦੇ ਨੇ ਸਾਨੂੰ ਰੱਬ ਨੂੰ ਮਿਲਣਾ ਆਉਂਦਾ ਨਹੀਂ, ਇਹਨਾਂ ਨੂੰ ਆਉਂਦਾ, ਚਲੋ ਇਹਨਾਂ ਦੇ ਨਾਲ ਹੀ ਤੁਰ ਪਓ। ਜਿੰਨੀਆਂ ਸੰਪਰਦਾਵਾਂ ਜਿੰਨੇ ਡੇਰੇ ਚੱਲਦੇ ਨੇ ਇਸੇ ਆਸ ਨਾਲ ਚੱਲਦੇ ਨੇ। ਗੁਰੂ ਨੇ ਵੀ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਖੋਜ ਅਸੰਖਾ ਖੋਜ ਅਸੰਖਾ ਅਨਿਕਤ ਪੰਥਾ ਪੰਥ ਰਸਤਾ। ਖੋਜਣ ਵਾਲੇ ਰੱਬ ਨੂੰ ਮਿਲਣ ਦੀ ਖਾਸ਼ ਰੱਖਣ ਵਾਲੇ ਲੋਕ ਉਹ ਜਾ ਰਹੇ ਸਨ, ਮੈਂ ਉਹਨਾਂ ਦੇ ਨਾਲ ਤੁਰ ਪਿਆ। ਦੋ ਚਾਰ ਕਦਮ ਤੁਰਿਆ, ਸੋਚਿਆ ਖੋਰੇ ਇਹਦੇ ਨਾਲੋਂ ਆ ਸਿਆਣਾ ਹੈ, ਮੈਂ ਉਹਦੇ ਮਗਰ ਤੁਰ ਪਿਆ। ਅਨੇਕਾਂ ਤਰ੍ਹਾਂ ਦੇ ਪੰਥ, ਅਨੇਕਾਂ ਤਰ੍ਹਾਂ ਦੇ ਰਸਤੇ ਅਪਣਾਉਣ ਵਾਲਿਆਂ ਦਾ ਸਾਥ ਮੈਂ ਲਿਆ, ਪਰ ਵੇਖਿਆ ਬਿਨ ਗੁਰ ਗੁਰੂ ਤੋਂ ਬਿਨਾ ਪਹੁੰਚਿਆ ਨਹੀਂ ਜਾ ਸਕਦਾ। ਇਹ ਪੰਥ ਤਾਂ ਐਵੇਂ ਸਮਾਂ ਬਿਤਾਉਣ ਵਾਲੀ ਗੱਲ ਹੈ, ਗੁਰੂ ਬਾਣੀ ਵਿੱਚ ਕਹਿੰਦੇ ਖੋਜ ਅਸੰਖਾ ਅਨਿਕਤ ਪੰਥਾ ਬਿਨ ਗੁਰ ਬਿਨ ਗੁਰ ਨਹੀਂ ਪਹੁੰਚਾ ਲੱਖ ਉਲਾਹਣੋ ਮੋਹੇ। ਹਰ ਜਬ ਲਗਨੇ ਮਿਲੇ ਰਾਮ ਮਿਲਣ ਕਰੋ ਉਪਾਅ। ਬੜੀ ਵੱਡੀ ਲਿਸਟ ਹੈ ਉਪਾਅ ਕਰਨ ਵਾਲਿਆਂ ਦੀ, ਬੜੀ ਵੱਡੀ ਲਿਸਟ ਹੈ। ਆ ਸਾਰਾ ਸ਼ਬਦ ਹੀ ਇੱਕ ਲਿਸਟ ਹੈ, ਤਦਨ ਕੋਟ 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 ਲੱਖ ਹੈ, ਕਰੋੜਾਂ ਲੋਕ ਇਸ ਰਸਤੇ ਤੇ ਤੁਰੇ ਹੋਏ ਨੇ ਜਿਹੜੇ ਸਮਝਦੇ ਨੇ ਅਸੀਂ ਰੱਬ ਦੇ ਰਾਹ ਤੇ ਤੁਰੇ ਹੋਏ ਹਾਂ। ਗੁਰਦੁਆਰੇ ਭਰੇ ਹੋਏ ਨੇ, ਮੰਦਰ ਭਰੇ ਹੋਏ ਨੇ, ਤੀਰਥ ਯਾਤਰਾ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੀਰਥਾਂ ਤੇ। ਜਦ ਦੇਖੋ ਲੋਕ ਕਿਵੇਂ ਸਮਾਂ ਬਰਬਾਦ ਕਰ ਰਹੇ ਨੇ, ਨਦੀਆਂ ਦੇ ਕੰਢੇ ਤੇ ਗੰਗਾ ਜਮੁਨਾ ਗੋਦਾਵਰੀ ਸੁਰਸਤੀ ਪ੍ਰਯਾਗ ਹਰ ਤੀਰਥ ਦਾ ਤੱਟ, ਹਰ ਨਦੀ ਦਾ ਤੱਟ ਭਰਿਆ ਪਿਆ। ਗੁਰੂ ਖਿਆਲ ਦਿੰਦੇ ਕੋਟ 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 ਲੱਖ ਦਹਾਵੇ, ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ, ਪਰ ਉਹ ਤਾਂ ਇੱਕ ਤਿਲ ਭਰ ਵੀ ਉਹਦੀ ਰਿਹਾਇਸ਼ ਉਹਦੇ ਨੇੜੇ ਨਹੀਂ ਜਾ ਸਕੇ। ਕੀ ਕਾਰਨ ਹੈ? ਉਪਾਵ ਹੈ ਪਰ ਅਸਫਲ ਹੈ। ਕੋਟ 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 ਲੱਖ ਦਹਾਵੇ, ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ, ਕਹਿੰਦੇ ਨੀ ਇਹ ਗੱਲ ਵੱਖਰੀ ਹੈ। ਉਹ ਕਿਹੜਾ ਸੋਹਣਾ ਵੇਲਾ ਆਵੇ, ਪਵਿੱਤਰ ਵੇਲਾ ਆਵੇ, ਜਦੋਂ ਤੂੰ ਮਿਲ ਪਵੇ। ਸੁਹਾਵੀ ਕਮਨ ਸੁਵੇਲਾ ਜਿਤ ਪ੍ਰਭ ਮੇਲਾ, ਕਹਿੰਦੇ ਨੇ ਲੱਖ ਭਗਤ ਜਾਂ ਕੋ ਆਰਾਧੇ। ਲੱਖਾਂ ਭਗਤ ਨੇ ਜਿਹੜੇ ਹੱਥ ਵਿੱਚ ਮਾਲਾ ਫੜ ਕੇ ਦਿਨ ਰਾਤ ਮਾਲਾ ਫੇਰਦੇ ਰੱਬ ਨੂੰ ਮਿਲਣ। ਲੱਖ ਭਗਤ ਜਾਂ ਕੋ ਆਰਾਧੇ, ਲੱਖ ਤਪੀਸਰ ਤਪ ਹੀ ਸਾਧੇ। ਬੜੇ ਬੜੇ ਤਪਸਵੀ ਨੇ ਜਿਹੜੇ ਪੁੱਠੇ ਲਟਕ ਕੇ ਤਪ ਕਰ ਰਹੇ ਨੇ, ਸਰਦੀਆਂ ਵਿੱਚ ਜਲ ਧਾਰੇ ਕਰਦੇ ਨੇ, ਗਰਮੀਆਂ ਵਿੱਚ ਧੂਣੀਆਂ ਤਪ ਰਹੇ ਨੇ, ਰੱਬ ਪ੍ਰਸੰਨ ਹੋਵੇਗਾ, ਮਿਲ ਪਵਾਂਗੇ, ਮੇਰੇ ਲਈ ਦਰਵਾਜ਼ਾ ਖੁੱਲ ਜਾਏਗਾ। ਤਪਸਵੀ ਨੇ ਤਪ ਕਰ ਰਹੇ ਨੇ, ਹਾਲਾਂਕਿ ਗੁਰੂ ਆਵਾਜ਼ ਦੇ ਰਿਹਾ ਕਿਆ ਜਪ ਕਿਆ ਤਪ।
ਕਿਹਾ ਵਰਤ ਪੂਜਾ ਅਨੇਕਾਂ ਲੋਕ ਨੇ ਜਿਹੜੇ ਵਰਤ ਰੱਖ ਕੇ ਭੁੱਖੇ ਰੱਖ ਕੇ ਆਪਣੇ ਆਪ ਨੂੰ ਸੋਚਦੇ ਨੇ ਰੱਬ ਨੂੰ ਮਿਲ ਪਵਾਂਗੇ ਵੀ ਤੇਰੀ ਤੈਨੂੰ ਰੱਬ ਰੋਟੀ ਦੇ ਰਿਹਾ ਤੂੰ ਕਹਿੰਦਾ ਮੈਂ ਭੁੱਖਾ ਰਹਿਣਾ ਅਜੀਬ ਗੱਲ ਹੈ ਉਹ ਰਾਜ਼ਕ ਨਹੀਂ ਉਹਨੇ ਤਾਂ ਤੈਨੂੰ ਰੋਟੀ ਦੇਣੀ ਸ਼ੁਰੂ ਕੀਤੀ ਹੈ ਉਹ ਤਾਂ ਰਾਜ਼ਕ ਖੋਂਦਾ ਤੇ ਮਿਲਣਾ ਤੂੰ ਉਹਨੂੰ ਚਾਹੁੰਦਾ ਜਿਹਦੇ ਭੰਡਾਰੇ ਦਿਨ ਰਾਤ ਤੇਰੇ ਲਈ ਖੁੱਲ੍ਹੇ ਨੇ ਤੂੰ ਰਾਜ਼ਕ ਰਾਜ਼ਕ ਦੇ ਸਾਹਮਣੇ ਖਲੋ ਕੇ ਕਹਿੰਦਾ ਮੈਂ ਭੁੱਖਾ ਰਵਾਂਗਾ ਤੂੰ ਤਾਂ ਉਲਾਂਬਾ ਉਹਨੂੰ ਦੇ ਰਿਹਾ ਗੁਰੂ ਕਹਿੰਦੇ ਨੇ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾਂ ਕਹਿਰੇ ਦਾ ਭਾਉ ਹੈ ਦੂਜਾ ਕਹਿਣ ਲੱਗੇ ਤਾ ਲੱਖ ਤਪੀਸ਼ਰ ਤਪ ਹੀ ਸਾਧੇ ਲੱਖ ਜੋਗੀਸ਼ਰ ਕਰਤੇ ਜੋਗਾ ਲੱਖਾਂ ਜੋਗੀ ਨੇ ਜਿਹੜੇ ਘਰ ਬਾਰ ਛੱਡ ਕੇ ਮੁੰਦਰਾ ਕੰਨਾਂ ਵਿੱਚ ਪਾ ਕੇ ਨਗਨ ਰਹਿ ਕੇ ਧੂਣੀਆਂ ਤਪ ਕੇ ਸਰੀਰ ਤੇ ਸਵਾਹ ਮਲ ਕੇ ਘਰ ਬਾਰ ਪਰਿਵਾਰ ਕਾਰੋਬਾਰ ਸਭ ਕੁਝ ਤਿਆਗ ਕੇ ਜੰਗਲਾਂ ਵਿੱਚ ਫਿਰ ਰਹੇ ਨੇ ਤੇ ਯੋਗ ਸਾਧਨਾ ਕਰ ਰਹੇ ਨੇ ਯੋਗ ਸਾਧਨਾ ਖਾਲਾ ਤੇ ਗੁਰੂ ਨੇ ਆਪਣੀ ਰਸਨਾ ਤੋਂ ਬਾਰ ਬਾਰ ਇੱਕ ਗੱਲ ਆਖੀ ਕਹਿਣ ਲੱਗੇ ਵਿਸ਼ਵਾਸ ਕਰ ਯੋਗੀ ਯੁਗਤ ਨਾ ਜਾਣੇ ਅੰਧ ਜਤੀ ਸਦਾਵੈ ਯੁਗਤ ਨਾ ਜਾਣੇ ਛੱਡ ਬਹੇ ਘਰ ਬਾਰ ਪਰ ਕੀ ਜੋਗੀ ਖਤਮ ਹੋ ਗਏ ਪਹਾੜਾਂ ਦੀਆਂ ਕੰਦਰਾਂ ਅੱਜ ਵੀ ਜੋਗੀਆਂ ਨਾਲ ਭਰੀਆਂ ਪਈਆਂ ਨੇ ਤੁਸੀਂ ਕਦੀ ਕਿਸੇ ਕੁੰਭ ਦੇ ਮੇਲੇ ਤੇ ਜਾ ਕੇ ਵੇਖੋ ਜਦੋਂ ਉਹ ਜੰਗਲਾਂ ਦੀਆਂ ਗੁਫਾਵਾਂ ਵਿੱਚੋਂ ਨਿਕਲਦੇ ਨੇ ਜਦੋਂ ਕੁੰਭ ਦੇ ਮੇਲੇ ਤੇ ਦਰਸ਼ਨ ਦੇਣ ਆਉਂਦੇ ਨੇ ਉਦੋਂ ਪਤਾ ਲੱਗਦਾ ਵੀ ਪਹਾੜਾਂ ਦੀਆਂ ਕੰਦਰਾਂ ਕਿੰਨੀਆਂ ਬਿਜ਼ੀ ਨੇ ਕੋਈ ਖਾਲੀ ਨਹੀਂ ਹੋ ਸਕਦਾ ਕੋਈ ਜੋਗੀ ਇਸ ਇੰਤਜ਼ਾਰ ਵਿੱਚ ਹੋਵੇ ਕਿ ਪਹਿਲਾ ਜੋਗੀ ਖਤਮ ਹੋਵੇ ਤੇ ਮੈਨੂੰ ਇਹ ਗੁਫਾ ਹੀ ਮਿਲ ਜਾਏ ਗੁਰੂ ਕਹਿੰਦੇ ਨੇ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਭੋਗੀ ਸਰ ਭੋਗੇ ਭੋਗਾ ਲੱਖਾਂ ਭੋਗੀ ਲੋਕ ਨੇ ਜਿਹੜੇ ਕਹਿੰਦੇ ਨੇ ਜੰਗਲਾਂ ਵਿੱਚ ਜਾਣ ਦਾ ਕੀ ਫਾਇਦਾ ਦੁਨੀਆਂ ਦੇ ਸੁੱਖ ਭੋਗੋ ਬਸ ਇਸੇ ਲਈ ਜੀਵਨ ਮਿਲਿਆ ਲੱਖ ਭੋਗੀ ਸਿਰ ਭੋਗੇ ਭੋਗਾ ਪਰ ਗੁਰੂ ਨੇ ਇੱਕ ਗੱਲ ਬੜੀ ਖੂਬਸੂਰਤ ਇਸ ਸ਼ਬਦ ਦੇ ਇਸ ਲਾਈਨ ਵਿੱਚ ਕਹਿ ਦਿੱਤੀ ਕਹਿਣ ਲੱਗੇ ਘੱਟ ਘੱਟ ਵਸੇ ਜਾਣੇ ਥੋੜਾ ਇਹ ਵੀ ਲੋਕ ਕਹਿੰਦੇ ਨੇ ਵੀ ਉਹ ਘੱਟ ਘੱਟ ਵਿੱਚ ਰਹਿੰਦਾ ਹੈ ਸਾਰਿਆਂ ਵਿੱਚ ਰਹਿੰਦਾ ਹੈ ਜੋਗੀਆਂ ਵਿੱਚ ਵੀ ਤਪੱਸਿਆ ਵਿੱਚ ਵੀ ਭੋਗੀਆਂ ਵਿੱਚ ਵੀ ਤੇ ਜੇ ਸਾਰਿਆਂ ਵਿੱਚ ਰਹਿੰਦਾ ਹੈ ਤੇ ਲੋਕ ਉਹਨੂੰ ਜਾਣਦੇ ਕਿਉਂ ਨਹੀਂ ਬਹੁਤ ਥੋੜੇ ਲੋਕ ਨੇ ਜਿਹੜੇ ਉਹਦੇ ਬਾਰੇ ਸਮਝ ਕੁਝ ਸਮਝਣ ਦੀ ਕੋਸ਼ਿਸ਼ ਵੀ ਕਰਦੇ ਨੇ ਬਹੁਤ ਥੋੜੇ ਘੱਟ ਘੱਟ ਵਸੇ ਜਾਣੇ ਥੋੜਾ ਪਰ ਕਹਿਣ ਲੱਗੇ ਇੱਕ ਭਰਮ ਦਾ ਅਗਿਆਨਤਾ ਦਾ ਪਰਦਾ ਪਿਆ ਹੋਇਆ ਹੈ ਨੇੜੇ ਘੱਟ ਘੱਟ ਵਸੇ ਦੇ ਵਿੱਚ ਕੋਈ ਸ਼ੱਕ ਨਹੀਂ ਤੇਰੇ ਨੇੜੇ ਨੇੜਾ ਹੈ ਦੂਰ ਨਾ ਜਾਣੋ ਨੇੜੇ ਪਰ ਹੈ ਇੱਕ ਪਰਦਾ ਬੜੀ ਖੂਬਸੂਰਤ ਗੱਲ ਇੱਕ ਹੋਰ ਸ਼ਬਦ ਅੰਦਰ ਗੁਰੂ ਨੇ ਆਖੀ ਕਹਿਣ ਲੱਗੇ ਮੰਦਰ ਚੜ ਕੇ ਪੰਥ ਨਿਹਾਰੋ ਮੰਦਰ ਚੜ ਕੇ ਪੰਥ ਨਿਹਾਰੋ ਨੈਣ ਨੀਰ ਭਰ ਆਇਓ ਅੱਗੇ ਚੜ ਕੇ ਕਹਿੰਦੇ ਨੇ ਭੰਭੀਰੀ ਕੇ ਪਾਤ ਪਾਰ ਦੋ ਬਿਨ ਭੇਖੇ ਦੁਬਰਾਏ ਮੈਂ ਆਖੇ ਛੱਤ ਤੇ ਮਹੱਲ ਦੀ ਕੋਠੇ ਦੀ ਛੱਤ ਤੇ ਖਲੋ ਕੇ ਰਾਹ ਪਈ ਦੇਖਦੀ ਸਾਂ ਅੱਖਾਂ ਵਿੱਚ ਅੱਥਰੂ ਸਨ ਕਿਵੇਂ ਮਿਲੇ ਪ੍ਰੀਤਮ ਭਲਾ ਕਿਹੜੇ ਰਸਤੇ ਆਉਂਦਾ
ਕਹਿਣ ਲੱਗੇ ਮੰਦਰ ਚੜ ਕੇ ਪੰਥ ਨਿਹਾਰੋ ਨੈਣ ਨੀਰ ਭਰ ਆਇਓ ਪਰ ਪਤਾ ਲੱਗਾ ਕਿੱਧਰ ਪਈ ਰਸਤੇ ਬਾਹਰੋਂ ਉਡੀਕਣੀ ਹੈ ਬਾਹਰੋਂ ਆਉਣਾ ਹੈ ਉਹਨੇ ਕੋਈ ਬਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ ਉਹ ਤੇ ਤੇਰੇ ਤੇ ਉਹਦੇ ਦਰਮਿਆਨ ਵਿੱਚ ਭੰਬੀਰੀ ਦੀ ਜਿਹੜੀ ਖੰਭ ਹੁੰਦਾ ਨਾ ਜਿਹੜੀ ਭੰਬੀਰੀ ਫਿਰਦੀ ਹੈ ਫੁੱਲਾਂ 'ਤੇ ਇਹਦਾ ਖੰਭ ਕਿੰਨਾ ਪਤਲਾ ਹੁੰਦਾ ਕਹਿੰਦਾ ਗੁਰੂ ਬਾਣੀ ਵਿੱਚ ਕਹਿੰਦੇ ਨੇ ਇੰਨੀ ਤੇਰੀ ਅਤੇ ਉਹਦੀ ਦੂਰੀ ਵੀ ਕੋਈ ਨਹੀਂ ਹਾਂ ਤੂੰ ਵੇਖ ਨਹੀਂ ਸਕਿਆ ਭਰਮ ਦਾ ਪੜਦਾ ਪਿਆ ਹੋਇਆ ਹੈ ਭੰਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ ਹੁਣ ਸਵਾਲ ਇਹ ਹੈ ਵੀ ਉਹ ਪਰਦਾ ਕਿਵੇਂ ਦੂਰ ਹੋਵੇ ਲੋ ਇੱਥੇ ਖੜੋਣਾ ਸ਼ਬਦ ਦੀ ਟੇਕੇ ਸੀ ਹੈ ਕੋਈ ਸਾਜਨ ਪਰਦਾ ਤੋੜਾ ਹੈ ਕੋਈ ਸਾਜਨ ਸਵਾਲ ਤਾਂ ਇਹ ਰੱਬ ਦੂਰ ਨਹੀਂ ਉਹ ਨੇੜੇ ਹੈ ਉਹਨੂੰ ਮਿਲਣ ਦਾ ਉਪਾਅ ਵੀ ਮਨ ਵਿੱਚ ਹੈ ਔਰ ਦੁਨੀਆਂ ਦੇ ਮਨ ਵਿੱਚ ਹੈ ਦੁਨੀਆਂ ਦੇ ਬਹੁਤਾਤ ਲੋਕ ਗਿਣਤੀ ਵਿੱਚ ਉਹ ਨੇ ਜਿਹੜੀ ਕਿਸੇ ਨਾ ਕਿਸੇ ਗੋਸ਼ੇ 'ਤੇ ਭਾਵੇਂ ਇਸਲਾਮ ਵਿੱਚ ਖਲੋਤਾ ਹੈ ਭਾਵੇਂ ਈਸਾਈਅਤ ਵਿੱਚ ਖਲੋਤਾ ਹੈ ਭਾਵੇਂ ਸਿੱਖੀ ਦੇ ਅਦਾਰੇ ਵਿੱਚ ਹੈ ਭਾਵੇਂ ਹਿੰਦੂਇਜ਼ਮ ਦੇ ਬ੍ਰਾਹਮਣ ਦੇ ਪਿੱਛੇ ਲੱਗ ਆਖਰ ਤਾਂ ਸਾਰਿਆਂ ਦਾ ਮਨ ਤਾਂ ਇੱਕ ਧਰਮ ਦੇ ਖੇਤਰ ਵਿੱਚ ਹੀ ਹੈ ਨਾ ਗੁਰੂ ਕਹਿਣ ਲੱਗੀ ਸਾਰੇ ਉਪਾਅ ਕਰ ਰਹੇ ਨੇ ਆਪਣੇ ਆਪਣੇ ਢੰਗ ਨਾਲ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਤੇ ਫਿਰ ਕੀ ਕਾਰਨ ਹੈ ਮਿਲਾਪ ਨਹੀਂ ਕਹਿਣ ਲੱਗੇ ਉਹ ਹੈ ਭਰਮ ਦਾ ਪੜਦਾ ਹਾਂ ਹਾਂ ਪੀਤ ਪਇਓ ਹੈ ਬੀਚੋ ਸੁਨਤ ਦੇਸ਼ ਨਿਕਟਾਇਓ ਹਾਂ ਹਾਂ ਦੀ ਇੱਕ ਦੀਵਾਰ ਬਣ ਗਈ ਬ੍ਰਾਹਮਣ ਆਖ ਰਿਹਾ ਮੇਰੇ ਧਰਮ ਵੱਲ ਆ ਸਿਰਫ ਮੈਂ ਹੀ ਰੱਬ ਨੂੰ ਮਿਲਾ ਸਕਣਾ ਭਾਵੇਂ ਪੱਥਰ ਦਾ ਰੱਬ ਮਿਲਾ ਦੇ ਪਰ ਤੈਨੂੰ ਮਿਲਾ ਸਕਣਾ ਹਰ ਕੋਈ ਆਪਣਾ ਰੱਬ ਲਈ ਬੈਠਾ ਹੈ ਗੁਰੂ ਕਹਿਣ ਲੱਗੇ ਉੱਥੇ ਖੜੀ ਹਾਂ ਜੋ ਕੁਝ ਮੈਂ ਕਹਿਣਾ ਇਹੋ ਹੀ ਸੱਚ ਹੈ ਹਾਂ ਹਾਂ ਭੀਤ ਭਇਓ ਹੈ ਬੀਚੋ ਸੁਨਤ ਦੇਸ਼ ਨਿਕਟਾਇਓ ਕਹਿਣ ਲੱਗੇ ਸੁਣਿਆ ਰੱਬ ਨੇੜੇ ਹੈ ਪਰ ਹਾਂ ਦੀ ਤੇ ਦੀਵਾਰ ਮੇਰੇ ਤੇ ਉਹਦੇ ਦਰਮਿਆਨ ਵਿੱਚ ਹੈ ਰੱਬ ਨੇੜੇ ਹੈ ਇੱਥੇ ਵੀ ਲਫ਼ਜ਼ ਨੇ ਹੈ ਕੋਈ ਸਾਜਨ ਪਰਦਾ ਤੋੜਾ ਕੋਈ ਇਹੋ ਜਿਹਾ ਮਿੱਤਰ ਮਿਲੇ ਜਿਹੜਾ ਮੇਰਾ ਉਹ ਹਾਂ ਦਾ ਅਗਿਆਨਤਾ ਦਾ ਪਰਦਾ ਤੋੜ ਦੇਵੇ ਪਰਦਾ ਤੋੜ ਦੇਵੇ ਤਾਂ ਕਿ ਮੇਰਾ ਉਸਦਾ ਮਿਲਾਪ ਹੋ ਜਾਵੇ ਮੇਰਾ ਉਹ ਪਾਪ ਸਫਲ ਹੋ ਜਾਏ ਕਹਿਣ ਲੱਗੀ ਹੈ ਕੋਈ ਸਾਜਨ ਘਟ ਘਟ ਵਸੈ ਜਾਣੇ ਤੋਰਾ ਹੈ ਕੋਈ ਸਾਜਨ ਪਰਦਾ ਤੋਰਾ ਕਰੋ ਜਤਨ ਕਰੋ ਜਤਨ ਜੇ ਹੋਏ ਮਿਹਰਬਾਨਾ ਕਰ ਯਤਨ ਕੋਈ ਐਸਾ ਮਿਲ ਜਾਏ ਸੱਜਣ ਜਿਹੜਾ ਪਰਦਾ ਲਾ ਦੇਵੇ ਤੇਰੇ ਤੇ ਉਹਦੇ ਦਰਮਿਆਨ ਦਾ ਕਿਵਾੜ ਖੋਲ ਦੇਵੇ ਜਿਹੜਾ ਬੰਦ ਹੈ ਹੁਣ ਇਸ ਗੱਲ ਦਾ ਜਵਾਬ ਹੈ ਦੋ ਹਰਫੀ ਇੱਕ ਲਾਈਨ ਵਿੱਚ ਹੈ ਜਿਹੜਾ ਅਸੀਂ ਗੁਰਬਾਣੀ ਰਾਹੀਂ ਬਾਰ ਬਾਰ ਰੋਜ਼ ਸੁਣ ਰਹੇ ਹਾਂ ਪਰ ਅਪਣਾ ਨਹੀਂ ਰਹੇ ਗੁਰੂ ਕਹਿੰਦੇ ਨੇ ਖੋਲ ਕਿਵਾੜਾ ਖੋਲ ਕਿਵਾੜਾ ਮਹਿਲ ਬੁਲਾਇਆ ਦਰਵਾਜ਼ਾ ਖੁੱਲਿਆ ਤੇ ਮਾਲਕ ਨੇ ਅੰਦਰ ਆਵਾਜ਼ ਦਿੱਤੀ ਗੱਲ ਤਾਂ ਕਬਾੜ ਦੀ ਸੀ ਇੱਕ ਸ਼ਬਦ ਹੈ ਨਾ ਗੁਰੂ ਬਾਣੀ ਜਿਹਦੇ ਵਿੱਚ ਸਤਿਗੁਰੂ ਕਹਿੰਦੇ ਬਖਸ਼ਿਸ਼ ਕਰ ਦਰਮਾ ਦੇ
ਸਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾੜ ਦਰਵਾਜ਼ਾ ਬੰਦ ਨਾ ਰੱਖਾ ਅਗਿਆਨਤਾ ਇੱਕ ਬੰਦ ਦਰਵਾਜ਼ਾ ਹੈ ਤੇ ਉਸ ਦਰਵਾਜ਼ੇ ਨੂੰ ਖੋਲਣ ਦੀ ਸ਼ਕਤੀ ਗੁਰੂ ਕੋਲ ਹੈ ਕਿਉਂਕਿ ਅਗਿਆਨਤਾ ਖਤਮ ਕਰਕੇ ਗਿਆਨ ਦਾ ਦਰਵਾਜ਼ਾ ਖੋਲਣਾ ਗੁਰੂ ਦਾ ਕੰਮ ਹੈ ਕਹੋ ਨਾਨਕ ਗੁਰ ਕੱਟੇ ਕਿਵਾੜਾ ਜੇ ਨਾ ਖੁੱਲਦਾ ਹੋਵੇ ਨਾ ਤੋੜ ਦਿੰਦਾ ਦਰਵਾਜ਼ਿਆਂ ਨੂੰ ਅਗਿਆਨ ਅੰਧੇਰਾ ਕੱਟਿਆ ਪਾਣੀ ਵਿੱਚ ਅਸੀਂ ਰੋਜ਼ ਪੜ੍ਹਨੇ ਬਾਣੀ ਵਿੱਚ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਬਲਿਆ ਅਗਿਆਨ ਦਾ ਅੰਧੇਰਾ ਕੱਟਿਆ ਗਿਆ ਗਿਆਨ ਜਿਹੜਾ ਅੰਦਰ ਬਲ ਪਿਆ ਚਾਨਣ ਹੋ ਗਿਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਬਲਿਆ ਅਗਲੀ ਲਾਈਨ ਕੀ ਹੈ ਜਦੋਂ ਗਿਆਨ ਦਾ ਚਾਨਣ ਹੋਇਆ ਕਿ ਹਰ ਲੱਧਾ ਰਤਨ ਪਦਾਰਥੋ ਉਹ ਗੁਆਚਿਆ ਹੋਇਆ ਪ੍ਰਭੂ ਜਿਹਨੂੰ ਭਾਲਦਿਆਂ ਭਾਲਦਿਆਂ ਮੈਂ ਖੋਜ ਅਸੰਖਾ ਅਨਕਤ ਪੰਥਾ ਵਾ ਮਿਲਣ ਕੋ ਕਰੋ ਉਪਾਵ ਕਛੂ ਹਮਾਰਾ ਨੈ ਚੱਲੇ ਰਾਮ ਜਿਹਨੂੰ ਮਿਲਣ ਲਈ ਦੁਨੀਆਂ ਉਪਾਵ ਕਰ ਰਹੀ ਸੀ ਉਹ ਮੈਨੂੰ ਲੱਭ ਪਿਆ ਹਰ ਲੱਧਾ ਰਤਨ ਪਦਾਰਥੋ ਫਿਰ ਬਹੁੜ ਨਾ ਚੱਲਿਆ ਹੁਣ ਮਨ ਭਟਕਦਾ ਨਹੀਂ ਚੱਲਦਾ ਨਹੀਂ ਟਿਕ ਗਿਆ ਜਿਸ ਮਕਸਦ ਲਈ ਆਇਆ ਸੀ ਜਿਹਦੇ ਉਲਾਂਭੇ ਦੂਰ ਕਰਨ ਲਈ ਉਪਾਵ ਕਰ ਰਿਹਾ ਸੀ ਦੌੜ ਪਾ ਉਹ ਤੇ ਖਤਮ ਹੋ ਗਈ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਕਹੋ ਨਾਨਕ ਪ੍ਰਭ ਮੇਰਾ ਉੱਚਾ ਮੈਨੂੰ ਵੇਖਦਿਆਂ ਪਤਾ ਲੱਗ ਗਿਆ ਸਤਿਗੁਰ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਖੋਲ ਕਿਵਾੜਾ ਮਹਿਲ ਬੁਲਾਇਆ ਹੋਇਆ ਕਿ ਜੈਸਾ ਸਾ ਤੈਸਾ ਦਿਖਲਾਇਆ ਜਿਹੋ ਜਿਹਾ ਰੱਬ ਸੀ ਉਹਦੀ ਅਸਲੀਅਤ ਦਾ ਪਤਾ ਲੱਗ ਗਿਆ ਹੁਣ ਮੈਨੂੰ ਭਰਮ ਨਹੀਂ ਰਿਹਾ ਹੁਣ ਮੈਨੂੰ ਭੁਲੇਖਾ ਨਹੀਂ ਰਿਹਾ ਅੱਗੇ ਮੈਂ ਅੰਦਾਜ਼ੇ ਨਾਲ ਜਾਂ ਕਿਸੇ ਦੇ ਕਿਆਫੇ ਤੋਂ ਹੀ ਆਪਣਾ ਰਾਹ ਅਪਣਾਉਂਦਾ ਸਾਂ ਕੋਈ ਕਹਿੰਦਾ ਸੀ ਰੱਬ ਦੀ ਆਹ ਨਿਸ਼ਾਨੀ ਹੈ ਰੱਬ ਸੱਤਵੇਂ ਆਕਾਸ਼ ਵਿੱਚ ਕਿਸੇ ਸੱਚ ਖੰਡ ਵਿੱਚ ਰਹਿੰਦਾ ਮੈਂ ਵੀ ਉਡੀਕਦਾ ਸਖੋਰੇ ਕਦੋਂ ਕਿਸੇ ਸੱਚ ਖੰਡ ਵਿੱਚ ਪਹੁੰਚਾਂਗਾ ਜਿੱਥੇ ਰੱਬ ਮਿਲੇਗਾ ਸਾਡੀਆਂ ਕਹਾਣੀਆਂ 'ਚ ਵੀ ਹੈ ਮੈਂ ਇੱਕ ਵਾਰ ਕੀਤਾ ਸੀ ਭਾਈ ਬਾਲੇ ਵਾਲੀ ਜਨਮ ਸਾਖੀ ਪੜ੍ਹ ਲਓ ਉਹਦੇ 'ਚ ਕੀ ਹੈ ਕਿ ਗੁਰੂ ਨਾਨਕ ਨੇ ਰੱਬ ਨੂੰ ਮਿਲਣਾ ਸੀ ਅਤੇ ਮਿਲਣ ਲਈ ਨਾਲ ਲੈ ਕੇ ਐਂ ਪਹਾੜਾਂ 'ਤੇ ਚੜ੍ਹਦੇ 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 ਧਰੂ ਦੇ ਮੰਡਲ ਅਤੇ ਧਰੂ ਦੇ ਸਭ ਨੂੰ ਪਹਾੜ ਬਣਾ ਦਿੱਤਾ ਨਾ ਲਿਖਣ ਵਾਲੇ ਨੇ ਐਸੇ ਪਹਾੜ 'ਤੇ ਪਹੁੰਚ ਗਏ ਅਤੇ ਜਿੱਥੇ ਕਹਿਣ ਲੱਗੇ ਮਰਦਾਨਿਆਂ ਤੂੰ ਨਾਲ ਚੱਲ ਬਾਲਿਆ ਤੂੰ ਨਾਲ ਚੱਲ ਮਰਦਾਨਾ ਉੱਥੇ ਨਹੀਂ ਜਾ ਸਕਿਆ ਹੁਣ ਬਾਲੇ ਨੇ ਗੱਲ ਲਿਖਣਾ ਸੀ ਇਸ ਲਈ ਉਹਨੇ ਆਪਣੇ ਆਪ ਨੂੰ ਤਾਂ ਨਾਲ ਸ਼ਾਮਿਲ ਕਰਨਾ ਸੀ ਜੇ ਬਾਲਾ ਨਾਲ ਨਾ ਜਾਂਦਾ ਤਾਂ ਅਗਲੀ ਕਹਾਣੀ ਕਿਵੇਂ ਲਿਖਦਾ ਮਰਦਾਨੇ ਨੂੰ ਉੱਥੇ ਛੱਡ ਦਿੱਤਾ ਅਤੇ ਬਾਲੇ ਨੂੰ ਲੈ ਕੇ ਸੱਚ ਖੰਡ ਵਿੱਚ ਪਹੁੰਚ ਗਏ ਇੰਨੇ ਹਜ਼ਾਰ ਯੋਜਨ ਧਰਤੀ ਤੋਂ ਉੱਚੇ ਬਕਾਇਦਾ ਉੱਥੇ ਲਿਖਿਆ ਹੋਇਆ ਇੰਨੇ ਹਜ਼ਾਰ ਯੋਜਨ ਧਰਤੀ ਤੋਂ ਉੱਪਰ ਕੋਈ ਅਸਮਾਨ ਵਿੱਚ ਕੋਈ ਇੰਨੀ ਉਚਾਈ 'ਤੇ ਸੱਚ ਖੰਡ ਹੈ ਜਿੱਥੇ ਰੱਬ ਰਹਿੰਦਾ ਹੈ ਜੋਗੀ ਜੁਗਤ ਨਾ ਜਾਣੇ ਹਨ ਹਿੰਦੂ ਕੇ ਘਰ ਹਿੰਦੂ ਆਵੇ ਪਦ ਸੂਰਜ ਨੂੰ ਪੜ ਗਲ ਪਾਵੇ ਸੂਤ ਪਾਏ ਕਰੇ ਬੁਰੀ ਆਈ ਦਾਤਾ ਤੋਤਾ ਗੁਰੂ ਨੂੰ ਇਹ ਗੱਲ ਕਿਉਂ ਕਹਿਣੀ ਪਈ ਕਿ ਹਮਰਾ ਝਗੜਾ ਰਾਹ ਨਾ ਕੋ ਪੰਡਿਤ ਮੁੱਲਾਂ ਛਾਡੇ ਦਿਓ ਗੁਰੂ ਨੂੰ ਇਹ ਗੱਲ ਕਿਉਂ ਫੈਸਲਾ ਦੇਣਾ ਪਿਆ ਕਿ ਪੰਡਿਤ ਮੁੱਲਾਂ ਜੋ ਲਿਖ ਦਈਆ ਛਾੜ ਚਲੇ ਹਮ ਕਛੂ ਨਾ ਲਈਆ ਮੈਂ ਇਹਦੇ ਕੈਫਿਆਂ ਤੇ ਨਹੀਂ ਜਿਉਣਾ ਚਾਹੁੰਦਾ ਬੜਾ ਜੀਉ ਲਿਆ ਇਹਦੇ ਕੈਫਿਆਂ ਤੇ
ਹੁਣ ਕੀ ਹੈ, ਗੁਰੂ ਨੇ ਮੇਰੇ ਲਈ ਦਰਵਾਜ਼ਾ ਖੋਲ੍ਹ ਦਿੱਤਾ ਗਿਆਨ ਦਾ, ਹੁਣ ਮੈਨੂੰ ਜਿਹੋ ਜਿਹਾ ਰੱਬ ਸੀ ਉਹ ਜਿਹਾ ਦਿਸ ਪਿਆ। ਕਹਿਣ ਲੱਗੇ ਖੋਲ ਕੇ ਵਾਰਾ ਮਹਿਲ ਬੁਲਾਇਆ, ਖੋਲ ਕੇ ਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ, ਘਟ ਵਸੇ ਜਾਣੇ ਥੋੜਾ, ਘਟ ਘਟ ਵਸੇ ਜਾਣੇ ਥੋੜਾ, ਹੈ ਕੋਈ ਸਾਜਨ ਪਰਦਾ ਤੋਰਾ, ਹੈ ਕੋਈ ਸਾਜਨ ਪਰਦਾ ਥੋੜਾ, ਹੈ ਕੋਈ ਸਾਜਨ ਪਰਦਾ। ਬਹੁਤ ਜ਼ਰੂਰਤ ਜਿਹਦੇ ਬਿਨਾਂ ਜੀਵਨ ਉਲਾਂਭਿਆਂ ਭਰਪੂਰ ਹੈ, ਗੁਰੂ ਉਹਦਾ ਉਪਾਅ ਦੱਸਦੇ ਨੇ। ਕਹਿੰਦੇ ਨੇ ਨਹੀਂ ਐਵੇਂ ਕਿਆਫਿਆਂ 'ਤੇ ਕਿਉਂ ਜਿਉਣਾ ਹੈ, ਗੁਰੂ ਕੋਲੋਂ ਪੁੱਛ ਲੈ, ਖੋਲ ਕਿਵਾੜਾ ਮਹਿਲ ਬੁਲਾਇਆ। ਹੇ ਸਤਿਗੁਰੂ, ਗਿਆਨ ਦਾ ਦਰਵਾਜ਼ਾ ਖੋਲ, ਅਗਿਆਨਤਾ ਦਾ ਅੰਧੇਰਾ ਮਿਟ ਜਾਏ। ਮੈਂ ਜਿਸ ਮਾਲਕ ਨੂੰ ਮਿਲਣਾ ਚਾਹੁੰਦਾ, ਮਿਲਣ ਕੋ ਕਰੋ ਉਪਾਵ, ਕਛੂ ਹਮਾਰਾ ਨੈ ਚਲੇ ਰਾਮ, ਅਸਫਲ ਹੋ ਰਿਹਾ ਤੂੰ ਰਹਿਮਤ ਕਰ, ਦਰਵਾਜ਼ਾ ਖੋਲ, ਮੈਂ ਦੇਖ ਲਾਂ ਮੇਰਾ ਰੱਬ ਕਿਹੋ ਜਿਹਾ ਹੈ। ਬਸ ਜੀਵਨ ਦਾ ਮਕਸਦ ਪੂਰਾ ਹੋ ਜਾਏ ਇਹਨਾਂ ਸ਼ਬਦਾਂ ਨਾਲ। ਫਿਰ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।